ਹਾਂਜੀ, ਵੈਲਕਮ ਬੈਕ ਟੂ ਡੀਡੀ ਅਕੈਡਮੀ। ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ EVS ਦੀ PS TET ਦੀ MCQ ਸੀਰੀਜ਼, ਜੋ ਕਿ ਤੁਹਾਡੇ ਪ੍ਰੀਵੀਅਸ ਐਗਜ਼ਾਮ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਨੇ ਰਾਜੇ, ਜੋ ਕਿ ਤੁਹਾਡੇ ਹੁਣ ਆਉਣ ਵਾਲੇ PS TET ਦੇ ਲਈ ਬਹੁਤ ਜ਼ਿਆਦਾ ਯੂਜ਼ਫੁੱਲ ਰਹਿਣਗੇ। ਆਓ ਰਾਜੇ, ਦੇਖਦੇ ਹਾਂ ਆਪਾਂ ਪਹਿਲਾ ਕੁਐਸਚਨ। ਠੀਕ ਹੈ, ਪਹਿਲਾ ਕੁਐਸਚਨ ਕੀ ਹੈ, ਕਹਿੰਦੇ ਰਾਜੇ ਭਾਰਤ ਦੇ ਵਿੱਚ ਤਿਉਹਾਰਾਂ ਦੇ ਵਿੱਚੋਂ ਉਹ ਕਿਹੜਾ ਤਿਉਹਾਰ ਹੈ ਜਿਹੜਾ ਕਿ ਆਪਾਂ ਵਾਢੀ ਦੇ ਸਮੇਂ ਨਹੀਂ ਮਨਾਇਆ ਜਾਂਦਾ। ਵਾਢੀ ਕੀ ਹੁੰਦੀ ਹੈ ਰਾਜੇ? ਜਦੋਂ ਆਪਾਂ ਕਣਕ ਵੱਢਦੇ ਹਾਂ। ਠੀਕ ਹੈ, ਪਹਿਲਾ ਤਿਉਹਾਰ ਦੇਖੋ ਰਾਜੇ, ਪਹਿਲਾ ਕਿਹੜਾ ਆ? ਵਿਸਾਖੀ। ਆਪਾਂ ਨੂੰ ਪਤਾ ਕਿ ਕਣਕ ਵੱਢਣ ਦੇ ਸਮੇਂ ਮੋਸਟ ਇੰਪੋਰਟੈਂਟ ਹੈ ਕਿ ਵਿਸਾਖੀ ਮਨਾਈ ਜਾਂਦੀ ਹੈ। ਉਹਨਾਂ ਮੈਂ ਰਾਜੇ ਇਹ ਵੀ ਵਿਸਾਖੀ ਦੇ ਟਾਈਮ ਹੀ ਮਨਾਇਆ ਜਾਂਦਾ। ਠੀਕ ਹੈ ਜੀ, ਜਿਹੜੀ ਆਪਣੀ ਹਰੇਲੀ ਹੈ ਰਾਜੇ, ਇਹ ਵਾਲਾ ਤਿਉਹਾਰ ਵੀ ਮਨਾਇਆ ਜਾਂਦਾ। ਬਟ ਤੀਜ ਆਪਣੀ ਆਪਸ਼ਨ ਹੈਗੀ ਹੈ ਰਾਜੇ, ਤੀਜ। ਠੀਕ ਹੈ, ਇਹ ਆਪਣੀ ਆਪਸ਼ਨ ਹੈ, ਇਹ ਵਿਸਾਖੀ ਦੇ ਸਮੇਂ ਹੈ ਜਿਹੜਾ ਕਿ ਆਪਾਂ ਕਹਿ ਦਈਏ ਵਾਢੀ ਦੇ ਸਮੇਂ ਨਹੀਂ ਮਨਾਇਆ ਜਾਂਦਾ। ਡੀ ਆਪਸ਼ਨ ਰਾਜੇ। ਨੈਕਸਟ ਕੁਐਸਚਨ ਦੇਖੋ, ਨੈਕਸਟ ਕੁਐਸਚਨ ਕੀ ਹੈ ਰਾਜੇ, ਤਾਜ਼ੇ ਪਾਣੀ ਦੇ ਨਿਵਾਸ ਸਥਾਨਾਂ ਵਿੱਚ ਆਮ ਤੌਰ 'ਤੇ ਸ਼ਾਮਿਲ ਨਹੀਂ ਹੁੰਦੇ ਕੀ ਰਾਜੇ? ਦੇਖੋ, ਪਹਿਲਾ ਹੈਗਾ ਰਾਜੇ ਤਾਜ਼ੇ ਪਾਣੀ। ਇਹਨਾਂ ਨੇ ਆਪਾਂ ਨੂੰ ਇਹ ਪੁੱਛਿਆ ਕਿ ਤਾਜ਼ਾ ਪਾਣੀ ਸਭ ਤੋਂ ਜ਼ਿਆਦਾ ਕਿਹਦੇ ਵਿੱਚ ਹੁੰਦਾ? ਠੀਕ ਹੈ, ਤਾਜ਼ਾ ਪਾਣੀ ਹੈ ਜਿਹੜਾ ਉਹ ਕਿਹਦੇ ਵਿੱਚ ਹੁੰਦਾ? ਪਰ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਸ਼ਾਮਿਲ ਨਹੀਂ ਹੈਗੀ ਤਾਜ਼ੇ ਪਾਣੀ ਦੇ ਵਿੱਚ? ਝੀਲਾਂ, ਇਹਦੇ ਵਿੱਚ ਵੀ ਰਾਜੇ ਆਪਾਂ ਨੂੰ ਪਤਾ ਵੀ ਤਾਜ਼ਾ ਪਾਣੀ ਹੈ ਜਿਹੜਾ ਫਰੈਸ਼ ਵਾਟਰ ਪਾਇਆ ਜਾਂਦਾ। ਵੈਟਲੈਂਡਸ, ਇਹਨਾਂ ਵਿੱਚ ਵੀ ਹੁੰਦਾ। ਠੀਕ ਹੈ ਰਾਜੇ, ਆ ਕੀ ਹੈ? ਐਸ਼ਰੀਸ ਨਹੀਂ, ਇੱਥੇ ਰਾਜੇ ਮੁਹਾਵਰੇ ਨਹੀਂ ਆਊਗਾ, ਇਹਦਾ ਮਤਲਬ ਹੁੰਦਾ ਮੁਹਾਰਾ। ਠੀਕ ਹੈ ਜੀ, ਮੁਹਾਰਾ। ਇੱਕ ਹੁੰਦਾ ਰਾਜੇ ਮਾਰਸ, ਠੀਕ ਹੈ, ਇਹ ਵੀ ਆਪਣੇ ਕੋਲ ਤਾਜ਼ੇ ਪਾਣੀ ਹੁੰਦੇ ਆ। ਆਪਣੀ ਆਪਸ਼ਨ ਕੀ ਹੈ ਰਾਜੇ ਇਹਨਾਂ ਨੇ? ਦੇਖੋ ਕੁਐਸਚਨ ਦੇਖੋ ਦੁਬਾਰੇ, ਤਾਜ਼ੇ ਪਾਣੀ ਦੇ ਨਿਵਾਸ ਸਥਾਨਾਂ ਵਿੱਚ ਆਮ ਤੌਰ 'ਤੇ ਡੈਸ਼ ਸ਼ਾਮਿਲ ਨਹੀਂ ਹੁੰਦੇ ਕੀ ਹੈ ਰਾਜੇ? ਉਹ ਆਪਣੇ ਆਣਗੇ ਐਸ਼ਰੀਸ। ਠੀਕ ਹੈ, ਇਹਨਾਂ ਨੂੰ ਮਹਾਰਾ ਬੋਲਿਆ ਜਾਂਦਾ ਹੈ। ਫਸਟ ਆਪਸ਼ਨ ਆਹ ਸੀ ਆਪਸ਼ਨ ਰਾਜੇ। ਠੀਕ ਹੈ ਜੀ, ਅਗਲਾ ਕੁਐਸਚਨ ਦੇਖੋ, ਅਗਲਾ ਕੁਐਸਚਨ ਕੀ ਕਹਿੰਦਾ, ਸਮੁੰਦਰ ਧਰਤੀ ਦੀ ਕਿਸ ਪਰਤ ਨਾਲ ਸੰਬੰਧਿਤ ਹਨ? ਰਾਜੇ ਜਿਹੜੇ ਆਪਣੇ ਸਮੁੰਦਰ ਨੇ ਨਾ, ਠੀਕ ਹੈ, ਜਿਨ੍ਹਾਂ ਨੂੰ ਰਾਜੇ ਆਪਾਂ ਓਸ਼ੀਅਨਸ ਬੋਲਦੇ ਹਾਂ, ਕਹਿੰਦੇ ਉਹ ਧਰਤੀ ਦੀ ਕਿਹੜੀ ਪਰਤ ਦੇ ਨਾਲ ਸੰਬੰਧਿਤ ਨੇ? ਉਹਨਾਂ ਕਿਹੜੀ ਪਰਤ ਦੇ ਨਾਲ ਰਿਲੇਟ ਕਰਦੇ ਆ ਰਾਜੇ? ਠੀਕ ਹੈ, ਉਹ ਕਰਦੇ ਆ ਰਾਜੇ ਆਪਣੇ ਕੋਲ ਕ੍ਰਸਟ ਪਰਤ ਦੇ ਨਾਲ। ਠੀਕ ਹੈ ਜੀ, ਇਹ ਤਾਂ ਆਪਣਾ ਸੌਖਾ ਕੁਐਸਚਨ ਹੈ। ਕਿਹੜੀ ਆਪਸ਼ਨ ਦੇ ਮਤਲਬ ਕਿ ਕਿਹੜੀ ਆਪਸ਼ਨ ਆਊਗੀ ਰਾਜੇ? ਆਪਣੀ ਆਊਗੀ ਬੀ ਆਪਸ਼ਨ। ਜਿਹੜੇ ਆਪਣੇ ਓਸ਼ੀਅਨਸ ਨੇ ਰਾਜੇ, ਉਹ ਕ੍ਰਸਟ ਪਰਤ ਦੇ ਵਿੱਚ, ਕ੍ਰਸਟ ਲੇਅਰ ਦੇ ਵਿੱਚ ਪਾਏ ਜਾਂਦੇ ਨੇ। ਠੀਕ ਹੈ ਜੀ, ਅਗਲਾ ਕੁਐਸਚਨ ਦੇਖੋ, ਨੈਕਸਟ ਕੁਐਸਚਨ ਰਾਜੇ ਰਿਪੀਟ ਹੋ ਗਿਆ। ਨੈਕਸਟ ਕੁਐਸਚਨ ਦੇਖੋ ਜੀ, ਕਿਸ ਭੌਤਿਕ ਪਰਿਵਰਤਨ ਵਿੱਚ ਤਾਪ ਊਰਜਾ ਲੀਨ ਹੁੰਦੀ ਹੈ? ਕਹਿੰਦੇ ਇਨ ਵਿੱਚ ਫਿਜ਼ੀਕਲ ਚੇਂਜ ਇਜ ਹੀਟ ਐਨਰਜੀ ਅਬਜ਼ੋਰਬ ਹੁੰਦਾ ਰਾਜੇ ਸੋਖਣਾ। ਉਹ ਕਿਹੜਾ ਕਹਿੰਦੇ ਚੇਂਜ ਹੈਗਾ, ਉਹ ਫਿਜ਼ੀਕਲ ਚੇਂਜ ਹੈਗਾ, ਠੀਕ ਹੈ, ਜਿਹਦੇ 'ਚ ਰਾਜੇ ਜਿਹੜੀ ਤਾਪ ਊਰਜਾ ਗਈ ਉਹ ਸੋਖੀ ਜਾਂਦੀ ਹੈ, ਠੀਕ ਹੈ, ਅਬਜ਼ੋਰਬ ਹੁੰਦੀ ਹੈ, ਕਿਹੜਾ ਰਾਜੇ ਉਹ? ਪਹਿਲਾ ਕੁਐਸਚਨ ਪਹਿਲੀ ਦੇਖੋ, ਮੈਲਟ, ਕੋਈ ਵੀ ਚੀਜ਼ ਮੈਲਟ ਹੋ ਰਹੀ ਹੈ, ਠੀਕ ਹੈ, ਕੋਈ ਚੀਜ਼ ਆਪਣੇ ਕੋਲ ਜੰਮ ਰਹੀ ਹੈ, ਕਨਵੈਨਸ਼ਨ ਮਤਲਬ ਕਿ ਸੰਘਣਾਪਨ, ਠੀਕ ਹੈ ਜੀ, ਜਾਂ ਆਪਣਾ ਵਰਨਿੰਗ ਜਿਹਦੇ 'ਚ ਹੁੰਦਾ ਜਲਨ, ਠੀਕ ਹੈ। ਹੁਣ ਦੇਖੋ ਇਹਨਾਂ ਚਾਰਾਂ ਦੇ ਵਿੱਚੋਂ ਰਾਜੇ ਆਪਣੀ ਕਿਹੜੀ ਆਪਸ਼ਨ ਹੈ ਜਿਹਦੇ ਵਿੱਚ ਜਿਹੜੀ ਹੀਟ ਆ ਉਹ ਅਬਜ਼ੋਰਬ ਹੋ ਰਹੀ ਹੈ, ਠੀਕ ਹੈ, ਹੀਟ ਹੈ ਜਿਹੜੀ ਉਹ ਸੋਖੀ ਜਾ ਰਹੀ ਹੈ? ਆਪਸ਼ਨ ਆ ਜੂ ਰਾਜੇ ਏ ਆਪਸ਼ਨ, ਮੈਲਟਿੰਗ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖੋ ਰਾਜੇ, ਵਿਚ ਆਫ ਦਾ ਗੈਸ ਇਜ ਨੋਟ ਨੋਨ ਐਜ ਗ੍ਰੀਨ ਹਾਊਸ ਗੈਸ? ਕਿਸ ਗੈਸ ਨੂੰ ਗ੍ਰੀਨ ਹਾਊਸ ਗੈਸ
ਨਹੀਂ ਕਿਹਾ ਜਾਂਦਾ। ਰਾਜੇ ਇਹਨਾਂ ਦੇ ਵਿੱਚੋਂ ਆਪਾਂ ਨੂੰ ਚਾਰ ਆਪਸ਼ਨਸ ਦਿੱਤੀਆਂ ਹੋਈਆਂ, ਇਹਨਾਂ ਚਾਰਾਂ ਆਪਸ਼ਨਸ ਦੇ ਦੇਖੋ ਜਿਹੜੀ ਇਹਨਾਂ 'ਚੋਂ ਕਿਹੜੀ ਗੈਸ ਹੈ ਜਿਹੜੀ ਕਿ ਆਪਣੇ ਕੋਲ ਗ੍ਰੀਨ ਹਾਊਸ ਇਫੈਕਟ ਦੇ ਵਿੱਚ ਮਤਲਬ ਕਿ ਨਹੀਂ ਹੁੰਦੀ। ਠੀਕ ਹੈ, ਪਹਿਲੀ ਗੱਲ ਰਾਜੇ, ਮੀਥੇਨ ਇਜ਼ ਅ ਮੋਸਟ ਇੰਪੋਰਟੈਂਟ ਗੈਸ ਫੋਰ ਗ੍ਰੀਨ ਹਾਊਸ ਇਫੈਕਟ। ਠੀਕ ਹੈ ਜੀ, ਨਾਈਟਰਸ ਆਕਸਾਈਡ ਵੀ ਹੁੰਦੀ ਹੈ, ਕਾਰਬਨ ਡਾਈਆਕਸਾਈਡ ਵੀ ਹੁੰਦੀ ਹੈ, ਬਟ ਆਪਣੇ ਕੋਲ ਆਪਸ਼ਨ ਕੀ ਆ ਗਈ ਰਾਜੇ, ਡੀ ਆਪਸ਼ਨ, ਹਾਈਡਰੋਜਨ ਗੈਸ। ਹਾਈਡਰੋਜਨ ਗੈਸ ਹੈ ਰਾਜੇ ਜਿਹੜੀ ਉਹ ਗ੍ਰੀਨ ਹਾਊਸ ਇਫੈਕਟ ਜਿਹੜਾ ਹੁੰਦਾ ਆ ਉਹਦੇ ਵਿੱਚ ਨਹੀਂ ਹੁੰਦੀ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖੋ। ਨੈਕਸਟ ਕੁਐਸਚਨ ਕੀ ਹੈ, ਕਹਿੰਦੇ ਰਾਜੇ ਕਨਵਰਜੇਸ਼ਨ ਆਫ ਫ੍ਰੀ ਐਟਮੋਸਫੇਅਰਿਕ ਨਾਈਟ੍ਰੋਜਨ ਇੰਟੂ ਨਾਈਟ੍ਰਾਈਟਸ ਐਂਡ ਨਾਈਟ੍ਰੇਟਸ ਵਾਈ ਬੈਕਟੀਰੀਆ ਇਨਹੈਬੀਟੇਟਿੰਗ ਰੂਟ ਮੋਡਿਊਲਸ ਇਜ਼ ਟਰਮਸ ਐਸ। ਓਕੇ, ਕਹਿੰਦੇ ਰਾਜੇ ਜਦੋਂ ਹੈ ਨਾ ਆਪਣੇ ਕੋਲ ਰੂਟ ਮੋਡਿਊਲ ਵਿੱਚ ਰਹਿਣ ਵਾਲੇ ਬੈਕਟੀਰੀਆ ਦੁਆਰਾ ਨਾਈਟਰਸ ਅਤੇ ਨਾਈਟ੍ਰੇਟ ਵਿੱਚ ਮੁਕਤ ਵਾਯੂਮੰਡਲ ਨਾਈਟ੍ਰੋਜਨ ਦੀ ਗੱਲਬਾਤ ਨੂੰ ਕੀ ਕਿਹਾ ਜਾਂਦਾ ਰਾਜੇ, ਉਹਨਾਂ ਦੀ ਗੱਲਬਾਤ ਨੂੰ ਕਿਹਾ ਜਾਂਦਾ ਜੀ ਆਪਣਾ ਡੀ ਨਾਈਟ੍ਰੀਫਿਕੇਸ਼ਨ। ਕੀ ਕਿਹਾ ਜਾਂਦਾ ਰਾਜੇ ਉਹਨਾਂ ਦੀ ਗੱਲਬਾਤ ਨੂੰ, ਇੱਕ ਮਿੰਟ ਰਾਜੇ, ਉਹਨਾਂ ਦੀ ਗੱਲਬਾਤ ਨੂੰ ਕਿਹਾ ਜਾਂਦਾ ਰਾਜੇ ਆਪਣਾ ਆਪਸ਼ਨ ਆਪਣੇ ਕੋਲ ਦੇਖੋ, ਪਹਿਲੀ ਆਪਸ਼ਨ ਕੀ ਕਹਿ ਰਹੀ ਹੈ ਰਾਜੇ, ਪਹਿਲੀ ਆਪਸ਼ਨ ਆ ਰਹੀ ਹੈ ਜੀ ਆਪਣੀ ਡੀ ਨਾਈਟ੍ਰੀਫਿਕੇਸ਼ਨ, ਸੈਕਿੰਡ ਆਪਸ਼ਨ ਆ ਰਹੀ ਹੈ ਰਾਜੇ ਨਾਈਟ੍ਰੀਫਿਕੇਸ਼ਨ, ਥਰਡ ਆਪਸ਼ਨ ਆ ਰਹੀ ਹੈ ਰਾਜੇ ਆਪਣੀ ਨਾਈਟ੍ਰੋਜਨਫਿਕੇਸ਼ਨ, ਨਾਈਟ੍ਰੋਜਨ ਅਸਿਮੀਲੇਸ਼ਨ। ਠੀਕ ਹੈ ਜੀ, ਆਪਸ਼ਨ ਆਊਗੀ ਆਪਣੀ ਰਾਜੇ ਡੀ ਨਾਈਟ੍ਰੀਫਿਕੇਸ਼ਨ। ਠੀਕ ਹੈ ਜੀ, ਡੀ ਨਾਈਟ੍ਰੀਫਿਕੇਸ਼ਨ, ਨਾਈਟ੍ਰੀਫਿਕੇਸ਼ਨ, ਨਾਈਟ੍ਰੋਜਨ ਫਿਕਸੇਸ਼ਨ, ਨਾਈਟ੍ਰੋਜਨ ਅਸਿਮੀਲੇਸ਼ਨ। ਕੀ ਕਿਹਾ ਜਾਂਦਾ ਰਾਜੇ, ਇਹਨਾਂ ਨੇ ਪੁੱਛਿਆ ਕਿ ਜਦੋਂ ਵਾਯੂਮੰਡਲ ਦੇ ਵਿੱਚ ਨਾਈਟ੍ਰੋਜਨ ਦੀ ਗੱਲਬਾਤ ਨੂੰ ਕੀ ਕਿਹਾ ਜਾਂਦਾ, ਕਿਹਾ ਜਾਂਦਾ ਰਾਜੇ ਨਾਈਟ੍ਰੋਜਨ ਫਿਕਸੇਸ਼ਨ। ਆਪਸ਼ਨ ਆ ਗਈ ਰਾਜੇ ਆਪਣੀ ਸੀ ਆਪਸ਼ਨ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖੋ ਰਾਜੇ। ਨੈਕਸਟ ਕੁਐਸਚਨ ਕੀ ਕਹਿ ਰਿਹਾ, ਜਲਵਾਯੂ ਨੂੰ ਕਿਸ ਤਰ੍ਹਾਂ ਵਰਣਨ ਹੈ ਜਿਹੜਾ ਉਹ ਨਹੀਂ ਕੀਤਾ ਜਾਂਦਾ ਰਾਜੇ। ਕਹਿੰਦੇ ਜਿਹੜਾ ਆਪਣਾ ਵਾਯੂਮੰਡਲ ਹੁੰਦਾ ਉਹਨੂੰ ਆਪਾਂ ਕਿਸ ਤਰ੍ਹਾਂ ਵਰਣਨ ਨਹੀਂ ਕਰ ਸਕਦੇ। ਚਾਰ ਆਪਸ਼ਨਾਂ ਦਿੱਤੀਆਂ ਰਾਜੇ, ਚਾਰਾਂ 'ਚੋਂ ਆਪਾਂ ਇਹ ਚੀਜ਼ ਦੇਖਾਂਗੇ ਕਿ ਉਹ ਕਿਹੜੀ ਆਪਸ਼ਨ ਹੈ ਜਿਹੜੀ ਕਿ ਵਾਯੂਮੰਡਲ ਨੂੰ ਵਰਣਨ ਨਹੀਂ ਕਰ ਰਹੀ। ਠੀਕ ਹੈ ਜੀ, ਪਹਿਲਾਂ ਦੇਖੋ, ਇੱਕ ਮਿੰਟ, ਪਹਿਲਾਂ ਦੇਖੋ ਰਾਜੇ, ਪਹਿਲੀ ਆਪਸ਼ਨ ਕੀ ਕਹਿ ਰਹੀ ਹੈ ਆਪਣੀ, ਪਹਿਲੀ ਆਪਸ਼ਨ ਕਹਿ ਰਹੀ ਹੈਗੀ ਕਿ ਕਿਸੇ ਖਾਸ ਖੇਤਰ ਵਿੱਚ ਮੌਸਮ ਦੇ ਲੰਮੇ ਸਮੇਂ ਦਾ ਪੈਟਰਨ। ਠੀਕ ਹੈ, ਦੂਸਰੀ ਆਪਸ਼ਨ ਕਹਿ ਰਹੀ ਹੈ ਕਿ ਕਿਸੇ ਖਾਸ ਖੇਤਰ ਦੇ ਰੋਜ਼ਾਨਾ ਮੌਸਮ ਦੇ ਵਿੱਚ ਤਬਦੀਲੀਆਂ। ਥਰਡ ਆਪਸ਼ਨ ਕਹਿ ਰਹੀ ਹੈ ਕਿਸੇ ਖਾਸ ਖੇਤਰ ਅਤੇ ਮੌਸਮ ਦੀ ਮਿਆਦ ਲਈ ਔਸਤ ਮੌਸਮ। ਫੋਰਥ ਆਪਸ਼ਨ ਹੈਗੀ ਹੈ ਰਾਜੇ ਵਰਖਾ, ਤਾਪਮਾਨ, ਨਮੀ, ਧੁੱਪ, ਹਵਾ ਦੀ ਗਤੀ ਆਦਿ ਦੀ ਔਸਤ, ਜੋ ਕਿ ਕਿਸੇ ਖਾਸ ਸਥਾਨ 'ਤੇ ਲੰਮੇ ਸਮੇਂ ਦੌਰਾਨ ਹੁੰਦੀ ਹੈ। ਰਾਜੇ ਇਹ ਵੀ ਆਪਾਂ ਨੂੰ ਵਾਯੂਮੰਡਲ ਬਾਰੇ ਦੱਸ ਰਹੀ ਹੈ, ਇੱਥੋਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਵਾਯੂਮੰਡਲ ਹੈ ਜਿਹੜਾ ਉਹ ਵਰਣਨ ਕੀਤਾ ਜਾ ਸਕਦਾ ਹੈ। ਆਪਾਂ ਨੂੰ ਹਰ ਇੱਕ ਚੀਜ਼ ਦੇਖੋ, ਵਰਖਾ ਬਾਰੇ ਦੱਸਿਆ, ਤਾਪਮਾਨ ਬਾਰੇ ਦੱਸਿਆ, ਨਮੀ ਬਾਰੇ ਦੱਸਿਆ। ਠੀਕ ਹੈ, ਥਰਡ ਆਪਸ਼ਨ ਦੇ ਵਿੱਚ ਕੀ ਹੈ ਰਾਜੇ, ਕੋਈ ਵੀ ਇੱਕ ਪਰਟੀਕੂਲਰ ਆਪਣੇ ਏਰੀਆ ਲੈ ਲਿਆ, ਉੱਥੋਂ ਦੇ ਜਿਹੜਾ ਕਿ ਐਵਰੇਜ ਦੱਸੀ ਹੈ, ਇਹ ਵੀ ਆਪਾਂ ਨੂੰ ਵਾਯੂਮੰਡਲ ਬਾਰੇ ਦੱਸਦਾ। ਠੀਕ ਹੈ, ਬਟ ਇਹਨਾਂ ਨੇ ਨਹੀਂ ਪੁੱਛਿਆ, ਕੀ ਪੁੱਛਿਆ ਰਾਜੇ, ਮਤਲਬ ਕਿ ਇਹਨਾਂ ਨੇ ਨਹੀਂ ਪੁੱਛਿਆ ਵੀ ਵਰਣਨ ਨਹੀਂ ਕੀਤਾ ਜਾ ਸਕਦਾ, ਇਹਦੇ 'ਚ ਵੀ ਵਰਣਨ ਕੀਤਾ ਗਿਆ। ਆਪਣੀ ਆਪਸ਼ਨ ਕੀ ਆਜੂਗੀ ਰਾਜੇ, ਬੀ ਆਪਸ਼ਨ। ਇਹਦੇ ਵਿੱਚ ਹੈ ਜਿਹੜਾ ਵਾਯੂਮੰਡਲ ਦਾ ਜਿਹੜਾ ਆਪਾਂ ਕਹਿ ਦਈਏ ਕਿ ਪਰਟੀਕੁਲਰਲੀ ਰਾਜੇ ਆਪਾਂ ਨੂੰ ਵਰਣਨ ਹੈ ਜਿਹੜਾ ਉਹ ਨਹੀਂ ਕੀਤਾ ਗਿਆ। ਠੀਕ ਹੈ ਜੀ, ਆਪਸ਼ਨ ਆ ਗਈ ਰਾਜੇ ਆਪਣੀ ਬੀ ਆਪਸ਼ਨ। ਨੈਕਸਟ ਕੁਐਸਚਨ ਦੇਖੋ ਰਾਜੇ, ਨੈਕਸਟ ਕੁਐਸਚਨ ਕੀ ਕਹਿ ਰਿਹਾ,
ਅਕਸਰ ਇਹ ਪਾਇਆ ਜਾਂਦਾ ਹੈ ਕਿ ਜ਼ਿਆਦਾ ਉਚਾਈ 'ਤੇ ਲੋਕਾਂ ਦਾ ਨੱਕ ਹੈ ਜਿਹੜਾ ਉਹ ਵਗਣਾ ਸਟਾਰਟ ਹੋ ਜਾਂਦਾ, ਠੀਕ ਹੈ। ਕਹਿੰਦੇ ਜ਼ਿਆਦਾ ਉਚਾਈ 'ਤੇ ਲੋਕਾਂ ਦਾ ਜਿਹੜਾ ਨੱਕ ਉਹ ਵਗਣਾ ਸ਼ੁਰੂ ਹੋ ਜਾਂਦਾ। ਅਜਿਹਾ ਕਿਉਂ ਹੁੰਦਾ, ਕਿਸ ਲਈ ਹੁੰਦਾ ਰਾਜੇ, ਅਜਿਹਾ ਕਿਉਂ ਹੁੰਦਾ ਹੈ? ਕਿਉਂਕਿ ਰਾਜੇ ਆਪਸ਼ਨਸ ਪੜ੍ਹੋ, ਆਪਾਂ ਕਹਿ ਦਿੰਦੇ ਹਾਂ ਨਾ ਇਹਨੂੰ ਨਕਸੀਰ, ਆਪਾਂ ਕਹਿੰਦੇ ਨਕਸੀਰ ਛੁੱਟ ਗਈ, ਉਹ ਚੀਜ਼ ਵੀ ਬੋਲੀ ਜਾਂਦੀ ਹੈ ਜਦੋਂ ਆਪਣੇ ਨੱਕ 'ਚੋਂ ਬਲੀਡਿੰਗ ਆਉਣੀ ਸਟਾਰਟ ਹੋ ਜਾਂਦੀ ਹੈ, ਠੀਕ ਹੈ। ਇਹਦਾ ਰਾਜੇ ਦੇਖੋ ਪਹਿਲੀ ਆਪਸ਼ਨ ਦੇਖੋ ਜੀ ਕੀ ਕਹਿੰਦੀ ਹੈ। ਆਪਸ਼ਨ ਨੰਬਰ ਫਸਟ, ਉਹ ਉਚਾਈ 'ਤੇ ਬਲੱਡ ਪ੍ਰੈਸ਼ਰ ਵਿੱਚ ਤਿੱਖੀ ਨਮੀ ਦਾ ਅਨੁਭਵ ਕਰਦੇ ਨੇ। ਕਹਿੰਦੇ ਉੱਪਰ ਜਾ ਕੇ ਜਿਉਂ ਜਿਉਂ ਅਸੀਂ ਉੱਪਰ ਜਾਂਦੇ ਹਾਂ, ਸਾਡਾ ਜਿਹੜਾ ਬਲੱਡ ਪ੍ਰੈਸ਼ਰ ਹੈ, ਠੀਕ ਹੈ, ਉਹ ਕੀ ਹੋਣ ਲੱਗ ਜਾਂਦਾ ਰਾਜੇ, ਉਚਾਈ 'ਤੇ ਜਾ ਕੇ ਬਲੱਡ ਪ੍ਰੈਸ਼ਰ ਦੇ ਵਿੱਚ ਤਿੱਖੀ ਨਮੀ ਦਾ ਅਨੁਭਵ ਹੋਣ ਲੱਗ ਜਾਂਦਾ। ਸੈਕਿੰਡ ਆਪਸ਼ਨ ਕੀ ਕਹਿੰਦੇ ਆ, ਕਹਿੰਦੇ ਨੱਕ ਵਿੱਚ ਖੂਨ ਦੀਆਂ ਕੋਸ਼ਿਕਾਵਾਂ ਹੁੰਦੀਆਂ ਜਿਹੜੀਆਂ, ਉਹ ਬਲੱਡ ਪ੍ਰੈਸ਼ਰ ਵਿੱਚ ਕਮੀ ਨੂੰ ਸਹਿਣ ਦੇ ਯੋਗ ਨਹੀਂ ਹੁੰਦੀਆਂ, ਤਾਂ ਹੀ ਕਰਕੇ ਕਹਿੰਦੇ ਜਿਹੜਾ ਬਲੀਡਿੰਗ ਆ ਉਹ ਹੋਣੀ ਸਟਾਰਟ ਹੋ ਜਾਂਦੀ ਹੈ। ਉਸ ਤੋਂ ਬਾਅਦ ਕਹਿੰਦੇ ਵਾਯੂਮੰਡਲ ਦਾ ਦਬਾਅ ਉਸ ਉਚਾਈ 'ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਦੇ ਜਿਹੜਾ ਉਹ ਬਰਾਬਰ ਹੋ ਜਾਂਦਾ। ਫੋਰਥ ਆਪਸ਼ਨ ਕੀ ਕਹਿੰਦੀ ਹੈ ਰਾਜੇ, ਉਹਨਾਂ ਦਾ ਬਲੱਡ ਪ੍ਰੈਸ਼ਰ ਵਾਯੂਮੰਡਲ ਦੇ ਦਬਾਅ ਨਾਲੋਂ ਵੱਧ ਹੋ ਜਾਂਦਾ ਹੈ। ਇਹੀ ਰਾਜੇ ਆਪਣੀ ਆਪਸ਼ਨ ਹੈ ਜਿਹੜੀ, ਕਰੈਕਟ ਆਪਸ਼ਨ ਹੈ ਫੋਰਥ ਆਪਸ਼ਨ, ਠੀਕ ਹੈ ਜੀ। ਕਿਉਂ ਹੁੰਦਾ? ਕਿਉਂਕਿ ਰਾਜੇ ਜਿਹੜਾ ਉਹਨਾਂ ਦਾ ਬਲੱਡ ਪ੍ਰੈਸ਼ਰ ਹੁੰਦਾ ਨਾ, ਉਹ ਵਾਯੂਮੰਡਲ ਦੇ ਦਬਾਅ ਨਾਲੋਂ ਵੱਧ ਹੋ ਜਾਂਦਾ, ਦੈਟਸ ਵਾਈ ਉਹਨਾਂ ਦਾ ਜਿਹੜਾ ਨੱਕ ਆ ਉਹ ਵਗਣਾ ਸਟਾਰਟ ਹੋ ਜਾਂਦਾ, ਠੀਕ ਹੈ ਜੀ। ਨੈਕਸਟ ਕੁਐਸਚਨ ਦੇਖੋ ਰਾਜੇ, ਨੈਕਸਟ ਕੁਐਸਚਨ ਕੀ ਕਹਿ ਰਹੇ ਆ, ਕਹਿੰਦੇ ਹੱਥ ਧੋਣ ਵਾਲੇ ਕਪਿਲ ਸਾਬਣ ਨਾਲ ਝੱਗ ਨਹੀਂ ਬਣ ਸਕਿਆ, ਪਾਣੀ ਵਿੱਚ ਕਿਹੜਾ ਰਸਾਇਣ ਮਿਲਾਉਣਾ ਚਾਹੀਦਾ ਹੈ ਤਾਂ ਜੋ ਜ੍ਰੇਤ ਬਣ ਜਾਵੇ, ਮਤਲਬ ਕਿ ਝੱਗ ਬਣ ਜਾਵੇ ਰਾਜੇ, ਠੀਕ ਹੈ। ਫਸਟ ਆਪਸ਼ਨ ਕੀ ਹੈ? ਫਸਟ ਆਪਸ਼ਨ ਹੈਗੀ ਹੈ ਰਾਜੇ ਆਪਣੀ ਮਤਲਬ ਕਿ ਰਾਜੇ ਇਹਨੂੰ ਫੜਕੜੀ ਵੀ ਬੋਲਦੇ ਆ, ਠੀਕ ਹੈ, ਸਪੈਲਿੰਗ ਗਲਤ ਹੈ, ਫੜਕੜੀ, ਠੀਕ ਹੈ ਜੀ, ਇੱਕ ਮਿੰਟ। ਉਸ ਤੋਂ ਬਾਅਦ ਰਾਜੇ ਆਪਣੀ ਆਪਸ਼ਨ ਹੈਗੀ ਹੈ ਸੋਡੀਅਮ ਕਾਰਬੋਨੇਟ, ਠੀਕ ਹੈ ਜੀ। ਥਰਡ ਆਪਸ਼ਨ ਹੈਗੀ ਹੈ ਰਾਜੇ ਆਪਣੀ ਚੂਨਾ, ਠੀਕ ਹੈ। ਫੋਰਥ ਆਪਸ਼ਨ ਹੈਗੀ ਹੈ ਰਾਜੇ ਆਪਣੀ ਪੋਟਾਸ਼ੀਅਮ ਪਰਮੈਂਗਨੇਟ, ਠੀਕ ਹੈ। ਇਹਦੇ 'ਚੋਂ ਕਹਿੰਦੇ ਆਪਾਂ ਕਿਹੜੀ ਚੀਜ਼ ਮਿਲਾਈਏ ਜਿਹਦੇ ਨਾਲ ਜਿਹੜੀ ਆਪਾਂ ਪਾਣੀ ਦੇ ਵਿੱਚ ਵੀ ਮੋਸਟਲੀ ਰਾਜੇ ਦੇਖਿਆ ਜਾਂਦਾ, ਜੇ ਆਪਾਂ ਉਹ ਚੀਜ਼ ਇਹਨਾਂ ਚਾਰਾਂ ਦੇ ਵਿੱਚ ਉਹ ਚੀਜ਼ ਮਿਲਵਾ ਦਾਂਗੇ ਜਿਹੜੀ ਆਪਣੀ ਆਪਸ਼ਨ ਹੈ ਰਾਜੇ, ਤਾਂ ਇਹ ਕੀ ਹੋ ਜਾਂਦਾ ਹੈਗਾ ਆਪਣੇ 'ਚੋਂ ਮਤਲਬ ਕਿ ਪਾਣੀ ਦੇ ਵਿੱਚ ਜਿਹੜੀ ਝੱਗ ਬਣਨੀ ਸਟਾਰਟ ਹੋ ਜਾਂਦੀ ਹੈ, ਠੀਕ ਹੈ। ਉਹ ਹੈਗੀ ਹੈ ਰਾਜੇ ਆਪਣਾ ਸੋਡੀਅਮ ਕਾਰਬੋਨੇਟ, ਠੀਕ ਹੈ ਜੀ। ਸੋਡੀਅਮ ਕਾਰਬੋਨੇਟ ਮਿਲਾਉਣ ਦੇ ਨਾਲ ਜਿਹੜਾ ਪਾਣੀ ਹੈ ਉਹਦੀ ਜਿਹੜੀ ਝੱਗ ਬਣਨੀ ਹੈ ਉਹ ਸਟਾਰਟ ਹੋ ਜਾਂਦੀ ਹੈ। ਅਗਲਾ ਕੁਐਸਚਨ ਦੇਖੋ ਰਾਜੇ, ਇੱਥੇ ਆਹ ਲਿਖ ਲਓ ਸੱਚ ਰਾਜੇ, ਫਟਕੜੀ ਬੋਲਦੇ ਹਨ, ਠੀਕ ਹੈ। ਉਸ ਤੋਂ ਬਾਅਦ ਰਾਜੇ ਨੈਕਸਟ ਕੁਐਸਚਨ ਕੀ ਹੈ, ਕਹਿੰਦੇ ਰਾਜੇ ਹੇਠਾਂ ਦਿੱਤੇ ਪੌਦੇ, ਮਤਲਬ ਕਿ ਆਪਾਂ ਨੂੰ ਚਾਰ ਦਿੱਤੇ ਹੋਏ ਆ ਪਲਾਂਟਸ, ਇਹਨਾਂ ਦੇ ਵਿੱਚੋਂ ਕਹਿੰਦੇ ਕਿਹੜੇ ਪੌਦੇ ਬੀਜਾਂ ਤੋਂ ਬਿਨਾਂ ਉਗਾਏ ਜਾਂਦੇ ਹਨ? ਉਹ ਕਿਹੜੇ ਪੌਦੇ ਨੇ ਕਹਿੰਦੇ ਜਿਨ੍ਹਾਂ ਨੂੰ ਆਪਾਂ ਬੀਜਾਂ ਤੋਂ ਬਿਨਾਂ ਹੀ ਉਗਾ ਸਕਦੇ ਹਾਂ, ਠੀਕ ਹੈ। ਦੇਖੋ ਕਣਕ ਨੂੰ ਆਪਾਂ ਬੀਜਦੇ ਹਾਂ, ਆਪਸ਼ਨਸ ਕੱਟਣੀਆਂ ਸਿੱਖੋ ਰਾਜੇ, ਠੀਕ ਹੈ। ਕਈ ਵਾਰ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਜਿਹੜਾ ਆਂਸਰ ਹੁੰਦਾ ਉਹ ਆਪਾਂ ਨਹੀਂ ਜਾਣਦੇ ਹੁੰਦੇ, ਬਟ ਜਿਹੜੀਆਂ ਉਹਦੇ ਨਾਲ ਵਾਲੀਆਂ ਤਿੰਨ ਆਪਸ਼ਨਸ ਹੁੰਦੀਆਂ ਨੇ ਉਹਨਾਂ ਬਾਰੇ ਆਪਾਂ ਨੂੰ ਪਤਾ ਹੁੰਦਾ, ਆਪਾਂ ਉਹਨਾਂ ਤਿੰਨਾਂ ਨੂੰ ਕੱਢ ਕੇ ਫੋਰਥ ਆਪਸ਼ਨ ਹੈ ਜਿਹੜੀ ਉਹ ਲੱਭ ਸਕਦੇ ਹੁੰਦੇ ਹਾਂ, ਠੀਕ ਹੈ। ਫਸਟ ਆਪਸ਼ਨ ਦੇਖੋ ਰਾਜੇ, ਕਣਕ ਦੇ ਬੀਜ ਹੁੰਦੇ ਆ, ਇਹ ਆਪਣੀ ਆਪਸ਼ਨ ਨਹੀਂ ਆਊਗੀ। ਮੱਕੀ ਨੂੰ ਵੀ ਆਪਾਂ ਬੀਜ ਦੇ ਨਾਲ ਬੀਜਦੇ ਹਾਂ, ਆਪਣੀ ਆਪਸ਼ਨ ਨਹੀਂ ਆਊਗੀ। ਸੂਰਜਮੁਖੀ ਨੂੰ ਵੀ ਆਪਾਂ ਬੀਜ ਨਾਲ ਬੀਜਦੇ ਹਾਂ, ਆਪਣੀ ਆਪਸ਼ਨ ਨਹੀਂ ਆਊਗੀ। ਕਿਹੜੀ ਆਪਸ਼ਨ ਰਹਿ ਗਈ ਰਾਜੇ ਆਪਣੀ? ਸੀ ਆਪਸ਼ਨ, ਕਲੀਅਰ। ਨੈਕਸਟ ਕੁਐਸਚਨ ਦੇਖੋ ਰਾਜੇ,
ਨੈਕਸਟ ਕੁਸ਼ਚਨ ਕੀ ਕਹਿ ਰਿਹਾ? ਭਾਰਤ ਵਿੱਚ ਤਾਜ਼ੇ ਪਾਣੀ ਦੀ ਸਭ ਤੋਂ ਵੱਡੀ ਝੀਲ, ਭਾਰਤ ਦੇ ਵਿੱਚ ਤਾਜ਼ੇ ਪਾਣੀ ਦੀ ਸਭ ਤੋਂ ਵੱਡੀ ਝੀਲ ਕਿਹੜੀ ਹੈ? ਦੱਸੋ ਜੀ, ਭਾਰਤ ਦੇ ਵਿੱਚ ਤਾਜ਼ੇ ਪਾਣੀ ਦੀ ਸਭ ਤੋਂ ਵੱਡੀ ਝੀਲ ਕਿਹੜੀ ਹੈ? ਪਹਿਲੀ ਹੈਗੀ ਆ ਵੂਲਰ ਝੀਲ, ਚਿਲਿਕਾ ਲੇਕ, ਪਗੋਈ ਲੇਕ, ਡੱਲ ਲੇਕ। ਕਿਹੜੀ ਝੀਲ ਹੈ ਰਾਜੇ ਜਿੱਥੇ ਸਭ ਤੋਂ ਜ਼ਿਆਦਾ ਫਰੈਸ਼ ਵਾਟਰ ਪਾਇਆ ਜਾਂਦਾ ਹੈ? ਉਹ ਹੈਗੀ ਆ ਰਾਜੇ ਆਪਣੀ ਵੂਲਰ ਲੇਕ। ਠੀਕ ਹੈ ਜੀ, ਵੂਲਰ ਝੀਲ। ਅਗਲਾ ਕੁਸ਼ਚਨ ਦੇਖੋ ਰਾਜੇ, ਨੈਕਸਟ ਕੁਸ਼ਚਨ ਕੀ ਕਹਿ ਰਿਹਾ ਰਾਜੇ? ਰਾਤ ਨੂੰ ਗੱਡੀ ਚਲਾਉਣ ਲਈ ਵਾਹਨ ਲਈ ਸਭ ਤੋਂ ਅਨੁਕੂਲ ਰੰਗ ਕਿਹੜਾ? ਰਾਤ ਨੂੰ ਕਹਿੰਦੇ ਜਦੋਂ ਡਰਾਈਵ ਕਰਨਾ ਹੈ, ਠੀਕ ਹੈ, ਉਦੋਂ ਕਿਹੜਾ ਰੰਗ ਆ ਰਾਜੇ ਜਿਹੜਾ ਉਹ ਮਤਲਬ ਕਿ ਵਧੀਆ ਮੰਨਿਆ ਜਾਂਦਾ ਚਲਾਉਣ ਵਾਸਤੇ? ਜਦੋਂ ਆਪਾਂ ਰਾਤ ਨੂੰ ਡਰਾਈਵ ਕਰ ਰਹੇ ਹਾਂ ਨਾ, ਉਸ ਟਾਈਮ 'ਤੇ ਕਿਹੜਾ ਰੰਗ ਹੈ ਕਹਿੰਦੇ ਜਿਹੜਾ ਕਿ ਬੈਸਟ ਮੰਨਿਆ ਜਾਂਦਾ ਹੈਗਾ ਡਰਾਈਵਿੰਗ ਵਾਸਤੇ? ਦੇਖੋ ਰਾਜੇ, ਫਸਟ ਆਪਸ਼ਨ ਕੀ ਕਹਿ ਰਹੀ ਹੈ? ਫਸਟ ਆਪਸ਼ਨ ਕਹਿ ਰਹੀ ਹੈ ਆਪਣੀ ਵਾਈਟ, ਸੈਕਿੰਡ ਆਪਸ਼ਨ ਕਹਿ ਰਹੀ ਹੈ ਸਿਲਵਰ, ਬਲੈਕ, ਰੈੱਡ। ਰਾਤ ਨੂੰ ਚਲਾਉਣ ਵਾਸਤੇ ਸਭ ਤੋਂ ਵਧੀਆ ਰਾਜੇ ਦੇਖੋ, ਬਲੈਕ ਤਾਂ ਆਪਾਂ ਲੈ ਹੀ ਨਹੀਂ ਸਕਦੇ ਕਿਉਂਕਿ ਰਾਤ ਨੂੰ ਤਾਂ ਪਹਿਲਾਂ ਹੀ ਹਨੇਰਾ ਹੁੰਦਾ, ਨਾ ਹੀ ਆਪਾਂ ਸਿਲਵਰ ਲੈ ਸਕਦੇ ਹਾਂ। ਰੈੱਡ ਵੀ ਰਾਤ ਨੂੰ ਇੰਨਾ ਪਤਾ ਨਹੀਂ ਲੱਗਦਾ। ਬੈਸਟ ਕਿਹੜਾ ਰਾਜੇ? ਹੁਣ ਹਨੇਰੇ ਦੇ ਵਿੱਚ ਸਭ ਤੋਂ ਜ਼ਿਆਦਾ ਚਮਕਣ ਵਾਲੀ ਚੀਜ਼ ਜਿਹੜੀ ਵਾਈਟ ਹੁੰਦੀ ਹੈ, ਵਾਈਟ। ਕਲੀਅਰ? ਅਗਲਾ ਕੁਸ਼ਚਨ ਦੇਖੋ ਰਾਜੇ, ਅਗਲਾ ਕੁਸ਼ਚਨ ਕੀ ਹੈ? ਪਲਾਸਟਿਕ ਦੀਆਂ ਥੈਲੀਆਂ ਆਸਾਨੀ ਨਾਲ ਨਹੀਂ ਸੜਦੀਆਂ ਕਿਉਂਕਿ ਉਹ? ਓਕੇ, ਪਲਾਸਟਿਕ ਕੀ ਹੁੰਦੀ ਹੈ ਰਾਜੇ? ਪਲਾਸਟਿਕ ਆਪਣੇ ਹੁੰਦੀ ਕੋਲ ਹੁੰਦੀ ਹੈ ਨੋਨ ਬਾਇਓਡੀਗ੍ਰੇਡੇਬਲ ਵੇਸਟ। ਇਹ ਤਾਂ ਆਪਾਂ ਨੂੰ ਪਤਾ ਨਾ, ਆਪਸ਼ਨਸ ਕੀ ਦਿੱਤੀਆਂ ਨੇ। ਬਾਇਓਡੀਗ੍ਰੇਡੇਬਲ ਵੇਸਟ ਕਿੰਨਾਂ ਨੂੰ ਕਹਿੰਦੇ ਨੇ? ਬਾਇਓਡੀਗ੍ਰੇਡੇਬਲ ਉਹ ਹੁੰਦੇ ਆ ਜਿਹੜੇ ਕਿ ਆਪਣੇ ਵਾਤਾਵਰਣ ਦੇ ਵਿੱਚ ਆਸਾਨੀ ਦੇ ਨਾਲ ਗਲ ਸੜ ਜਾਂਦੇ ਆ, ਠੀਕ ਹੈ। ਬਟ ਇਹਨਾਂ ਨੇ ਪੁੱਛਿਆ ਪਲਾਸਟਿਕ, ਇਹ ਤਾਂ ਆਪਣੀ ਆਪਸ਼ਨ ਨਹੀਂ ਆਊਗੀ। ਉਸ ਤੋਂ ਬਾਅਦ ਰਾਜੇ ਰੀਸਾਈਕਲ, ਰੀਸਾਈਕਲ ਵੀ ਆਪਾਂ ਇਹਨਾਂ ਨੂੰ ਕਰ ਸਕਦੇ ਹੁੰਦੇ ਹਾਂ, ਉਹ ਅੱਗੇ ਜਾ ਕੇ ਆਪਣਾ ਆ ਜਾਂਦਾ ਹੈ। ਬਟ ਇਹਨਾਂ ਨੇ ਪੁੱਛਿਆ ਕਿਉਂ ਨਹੀਂ ਸੜਦੀਆਂ, ਠੀਕ ਹੈ। ਇਹਨਾਂ ਨੇ ਪੁੱਛਿਆ ਵੀ ਕਿਉਂ ਨਹੀਂ ਸੜਦੀਆਂ, ਨੋਨ ਆਫ ਦੀਸ ਤਾਂ ਨਹੀਂ ਆਊਗਾ, ਕਿਉਂ ਨਹੀਂ ਸੜਦੀਆਂ ਰਾਜੇ? ਕਿਉਂਕਿ ਉਹ ਨੋਨ ਬਾਇਓਡੀਗ੍ਰੇਡੇਬਲ ਵੇਸਟ ਹੈ। ਨੋਨ ਬਾਇਓਡੀਗ੍ਰੇਡੇਬਲ ਵੇਸਟ ਕੀ ਹੁੰਦਾ? ਜਿਹੜਾ ਕਿ ਸਾਡੇ ਵਾਯੂਮੰਡਲ ਦੇ ਵਿੱਚ ਆਸਾਨੀ ਦੇ ਨਾਲ ਗਲ ਸੜ ਨਹੀਂ ਸਕਦਾ। ਪਲਾਸਟਿਕ, ਪੋਲੀਥੀਨ, ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ ਆਪਣੇ ਕੋਲ ਹੁੰਦੀਆਂ ਨੇ ਨੋਨ ਬਾਇਓਡੀਗ੍ਰੇਡੇਬਲ ਵੇਸਟ। ਕਲੀਅਰ? ਨੈਕਸਟ ਕੁਸ਼ਚਨ ਦੇਖੋ ਰਾਜੇ, ਨੈਕਸਟ ਕੁਸ਼ਚਨ ਕੀ ਹੈ ਰਾਜੇ? ਦੇਖੋ ਜੀ, ਕਹਿੰਦੇ ਜਿਹੜਾ ਮੋਤੀਆਬਿੰਦ ਦਾ ਕੀ ਲੱਛਣ ਹੈ, ਠੀਕ ਹੈ। ਜਿਹੜਾ ਰਾਜੇ ਕੈਟਾਰੈਕਟ ਹੁੰਦਾ ਹੈਗਾ, ਮੋਤੀਆ ਹੋ ਜਾਂਦਾ ਹੈਗਾ, ਠੀਕ ਹੈ, ਅੱਖਾਂ ਦਾ, ਉਹਦਾ ਲੱਛਣ ਕੀ ਹੈ, ਕਿਉਂ ਹੁੰਦਾ ਰਾਜੇ? ਆਪਾਂ ਆਪਸ਼ਨਸ ਦੇਖਦੇ ਹਾਂ, ਠੀਕ ਹੈ ਜੀ। ਪਹਿਲੀ ਆਪਸ਼ਨ ਕੀ ਕਹਿ ਰਹੀ ਹੈ? ਪਹਿਲੀ ਆਪਸ਼ਨ ਕਹਿ ਰਹੀ ਹੈ ਕਿ ਕਹਿੰਦੇ ਲਾਈਟਾਂ ਦੇ ਆਲੇ ਦੁਆਲੇ ਇੱਕ ਹੋਲ ਰਾਊਂਡ, ਮਤਲਬ ਕਿ ਇੱਕ ਕੁਛ ਗੋਲ ਗੋਲ ਜਿਹਾ ਬਣ ਜਾਂਦਾ, ਜਿਹੜੀ ਆਪਣੀਆਂ ਆਈਜ਼ ਹੁੰਦੀਆਂ ਨੇ ਨਾ, ਉਹਨਾਂ ਦੇ ਆਲੇ ਦੁਆਲੇ ਇੱਕ ਰਾਊਂਡ ਸ਼ੇਪ ਕੁਛ ਬਣਨਾ ਸਟਾਰਟ ਹੋ ਜਾਂਦਾ, ਠੀਕ ਹੈ। ਜਾਂ ਕਹਿੰਦੇ ਫਿੱਕੇ ਰੰਗ, ਠੀਕ ਹੈ ਜੀ, ਜਾਂ ਆਪਾਂ ਕਹਿ ਸਕਦੇ ਹਾਂਗੇ ਰਾਜੇ ਆਪਣੀ ਆਪਸ਼ਨ ਕਿਹੜੀ ਹੈਗੀ? ਡਬਲ ਵੀਜ਼ਨ, ਦੋਹਰੀ ਨਜ਼ਰ ਆਉਣੀ ਸਟਾਰਟ ਹੋ ਜਾਂਦੀ ਹੈਗੀ ਮੋਤੀਆ, ਜਦੋਂ ਮੋਤੀਆ ਹੋ ਜਾਂਦਾ ਨਾ। ਕਹਿੰਦੇ ਜਾਂ ਤਾਂ ਕੀ ਹੋ ਜਾਂਦਾ ਹੈਗਾ, ਸਾਨੂੰ ਧੁੰਦਲਾ ਧੁੰਦਲਾ ਜਿਹਾ ਦਿਸਣ ਲੱਗ ਜਾਂਦਾ ਹੈ, ਜਾਂ ਸਾਰੇ ਰੰਗ ਨੇ ਜਿਹੜੇ ਫਿੱਕੇ ਨਜ਼ਰ ਆਉਣ ਲੱਗ ਜਾਂਦੇ ਨੇ। ਕਹਿੰਦੇ ਜਾਂ ਰਾਜੇ ਸਾਨੂੰ ਹਰ ਇੱਕ ਚੀਜ਼ ਹੈ ਜਿਹੜੀ ਉਹ ਦੂਰੀ ਦਿਸਣੀ ਸਟਾਰਟ ਹੋ ਜਾਂਦੀ ਹੈ ਉਪਰੋਕਤ ਸਾਰੇ। ਕੀ ਆਪਸ਼ਨ ਆਊਗੀ ਰਾਜੇ ਆਪਣੀ ਮੋਤੀਆ ਦੇ ਵਿੱਚ? ਆਪਣੀ ਆਪਸ਼ਨ ਆਊਗੀ ਰਾਜੇ ਸੀ ਆਪਸ਼ਨ। ਕਹਿੰਦੇ ਉਸ ਟਾਈਮ 'ਤੇ ਡਬਲ ਦੂਰਾ ਦਿਸਣਾ ਸਟਾਰਟ ਹੋ ਜਾਂਦਾ, ਠੀਕ ਹੈ ਜੀ। ਕੀ ਹੋ ਜਾਂਦਾ ਗਾ? ਉਸ ਟਾਈਮ 'ਤੇ ਦੂਰਾ ਦਿਸਣਾ ਸਟਾਰਟ ਹੋ ਜਾਂਦਾ ਗਾ ਮੋਤੀਆ ਦੇ ਵਿੱਚ, ਮੋਤੀਆ ਬਿੰਦ ਦੇ ਵਿੱਚ। ਅਗਲਾ ਕੁਸ਼ਚਨ ਦੇਖੋ ਰਾਜੇ, ਨੈਕਸਟ ਕੁਸ਼ਚਨ ਕੀ ਹੈ? ਨੈਕਸਟ ਕੁਸ਼ਚਨ ਹੈਗਾ, ਕਹਿੰਦੇ
ਕੁਝ ਸੂਖਮ ਜੀਵ ਜੇਕਰ ਪਾਣੀ ਜਾਂ ਭੋਜਨ ਨਾਲ ਸਾਡੀਆਂ ਅੰਤੜੀਆਂ ਦੇ ਵਿੱਚ ਦਾਖਲ ਹੁੰਦੇ ਹਨ ਤਾਂ ਅਕਸਰ ਨਸ਼ਟ ਹੋ ਜਾਂਦੇ ਨੇ। ਅਜਿਹਾ ਕਿਉਂ ਹੁੰਦਾ? ਦੇਖੋ ਰਾਜੇ, ਇਹਨਾਂ ਨੇ ਪੁੱਛਿਆ ਗਿਆ, ਦੁਬਾਰਾ ਫਿਰ ਪੜ੍ਹੋ। ਕੁਝ ਸੂਖਮ ਜੀਵ ਜੇਕਰ ਪਾਣੀ ਜਾਂ ਭੋਜਨ ਨਾਲ ਸਾਡੀਆਂ ਅੰਤੜੀਆਂ ਦੇ ਵਿੱਚ ਦਾਖਲ ਹੋ ਜਾਂਦੇ ਨੇ ਅਤੇ ਫਿਰ ਨਸ਼ਟ ਵੀ ਹੋ ਜਾਂਦੇ ਨੇ, ਅਜਿਹਾ ਕਿਉਂ ਹੁੰਦਾ? ਆਪਸ਼ਨਸ ਪੜ੍ਹੋ ਰਾਜੇ, ਅਜਿਹਾ ਕਿਉਂ ਹੁੰਦਾ? ਫਸਟ ਆਪਸ਼ਨ ਕੀ ਕਹਿ ਰਹੀ ਹੈ ਰਾਜੇ? ਫਸਟ ਆਪਸ਼ਨ ਕਹਿ ਰਹੀ ਹੈ ਆਪਣੀ, ਕਹਿੰਦੇ ਉਹ ਸਾਡੇ ਸਰੀਰ ਦੀ ਗਰਮੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਹੀ ਕਰਕੇ ਕਹਿੰਦੇ ਉਹ ਨਸ਼ਟ ਹੋ ਜਾਂਦੇ ਨੇ। ਇਹ ਨਹੀਂ ਆਊਗਾ ਰਾਜੇ, ਠੀਕ ਹੈ। ਦੂਸਰੀ ਆਪਸ਼ਨ ਦੇਖੋ, ਚਿੱਟੇ ਰਕਤਾਣੂ ਇਹਨਾਂ ਰਕਤਾਣੂਆਂ ਨੂੰ ਨਸ਼ਟ ਕਰ ਦਿੰਦੇ ਹਨ। ਚਿੱਟੇ ਰਕਤਾਣੂ ਨੇ ਜਿਹੜੇ ਉਹ ਇਹਨਾਂ ਮਤਲਬ ਕਿ ਇਹਨਾਂ ਨੂੰ ਨਸ਼ਟ ਕਰ ਦਿੰਦੇ ਆ। ਬਟ ਰਾਜੇ, ਮੈਂ ਤੁਹਾਨੂੰ ਪੜ੍ਹਾਇਆ ਹੋਇਆ ਕਿ ਜਿਹੜੇ ਆਪਣੇ WBC ਹੁੰਦੇ ਆ ਨਾ, ਵਾਈਟ ਬਲੱਡ ਸੈੱਲ, ਇਹ ਆਪਣੀ ਜਿਹੜੀ ਬੋਡੀ ਹੈ ਉਹਦੇ ਵਿੱਚ ਐਂਟੀਜਨਸ ਪੈਦਾ ਕਰਦੇ ਨੇ ਜਿਹੜੇ ਕਿ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ, ਬਿਮਾਰੀਆਂ ਦੇ ਨਾਲ ਲੜਦੇ ਨੇ। ਇਹ ਆਪਣੀ ਆਪਸ਼ਨ ਨਹੀਂ ਆਊਗੀ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ, ਪੇਟ ਵਿੱਚ ਮੌਜੂਦ ਐਸਿਡ ਅਤੇ ਪਾਚਕ ਐਨਜ਼ਾਈਮ ਇਹਨਾਂ ਨੂੰ ਨਸ਼ਟ ਕਰ ਦਿੰਦੇ ਨੇ, ਠੀਕ ਹੈ। ਇਹ ਆਪਣੀ ਆਪਸ਼ਨ ਆਊਗੀ ਰਾਜੇ। ਆਪਣੇ ਪੇਟ ਦੇ ਵਿੱਚ, ਆਪਣੇ ਮੇਦੇ ਦੇ ਵਿੱਚ, ਸਟਮਕ ਦੇ ਵਿੱਚ ਜਿਹੜੇ ਵੀ ਐਸਿਡਸ ਬਣਦੇ ਨੇ, ਐਨਜ਼ਾਈਮਸ ਬਣਦੇ ਨੇ, ਉਹ ਇਹਨਾਂ ਨੂੰ ਖਤਮ ਕਰ ਦਿੰਦੇ ਨੇ। ਦੈਟਸ ਵਾਈ ਰਾਜੇ ਇਹ ਆਪਣੇ ਅੰਦਰ ਭੋਜਨ ਦੇ ਨਾਲ ਅੰਦਰ ਜਾਂਦੇ ਨੇ, ਉਸ ਤੋਂ ਬਾਅਦ ਅੰਦਰ ਜਾ ਕੇ ਨਸ਼ਟ ਹੋ ਜਾਂਦੇ ਨੇ, ਠੀਕ ਹੈ ਰਾਜੇ। ਅਗਲੀ ਆਪਸ਼ਨ ਵੀ ਆਪਾਂ ਪੜ੍ਹ ਲੈਂਦੇ ਹਾਂ। ਸੂਖਮ ਜੀਵਾਣੂਆਂ ਦੇ ਵਿਰੁੱਧ ਸਾਡੀਆਂ ਅੰਤੜੀਆਂ ਦੀ ਲੜਾਈ ਵਿੱਚ ਛੁਪੀਆਂ ਐਂਟੀਬੋਡੀਜ਼, ਨਹੀਂ ਇਹ ਆਪਸ਼ਨ ਨਹੀਂ ਆਊਗੀ, ਕਲੀਅਰ ਰਾਜੇ। ਨੈਕਸਟ ਕੁਸ਼ਚਨ ਦੇਖੋ ਰਾਜੇ, ਨੈਕਸਟ ਕੁਸ਼ਚਨ ਕੀ ਕਹਿ ਰਿਹਾ? CNG ਦਾ ਅਰਥ, CNG ਸਟੈਂਡਸ ਫੋਰ, CNG ਦੀ ਫੁੱਲ ਫੋਰਮ ਕੀ ਹੁੰਦੀ ਹੈ ਰਾਜੇ? ਕੰਪਰੈਸਡ ਨੈਚੁਰਲ ਗੈਸ, ਕਲੀਅਰ ਹੈ ਤਾਂ, ਠੀਕ ਹੈ। ਆਪਸ਼ਨ ਕਿਹੜੀ ਆਊਗੀ ਰਾਜੇ ਫਿਰ ਆਪਣੀ? ਆਪਸ਼ਨ ਕਿਹੜੀ ਆਊਗੀ ਜੀ ਆਪਣੀ? ਸੰਯੁਕਤ ਕੁਦਰਤੀ ਗੈਸ ਕੀ ਹੁੰਦੀ ਹੈ? ਕੰਪਰੈਸਡ ਨੈਚੁਰਲ ਗੈਸ, ਆਪਸ਼ਨ ਏ ਆਪਸ਼ਨ, ਕਲੀਅਰ। ਨੈਕਸਟ ਕੁਸ਼ਚਨ ਦੇਖੋ ਰਾਜੇ, ਨੈਕਸਟ ਕੁਸ਼ਚਨ ਕੀ ਕਹਿ ਰਿਹਾ? ਕਿਸ ਕਿਸਮ ਦੀ ਅੱਗ ਦੀ ਘਟਨਾ ਵਿੱਚ ਪਾਣੀ ਆਧਾਰਿਤ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਸਭ ਤੋਂ ਵਧੀਆ ਹੈ, ਠੀਕ ਹੈ। ਇਨ ਵਿਚ ਟਾਈਪ ਆਫ ਫਾਇਰ ਇੰਸੀਡੈਂਟ ਯੂਜ ਆਫ ਵਾਟਰ ਵੇਸਟ ਫਾਇਰ ਐਗਜਿਸਟੈਂਸ ਯਰਸ ਇਜ਼ ਬੈਸਟ ਸ਼ੂਟਰ, ਠੀਕ ਹੈ ਜੀ। ਫਸਟ ਆਪਸ਼ਨ ਕੀ ਹੈ? ਅੱਗ ਜਿਸ ਵਿੱਚ ਕੱਪੜੇ, ਕਾਗਜ਼ ਜਾਂ ਲੱਕੜ ਆਦਿ ਸ਼ਾਮਿਲ ਹਨ। ਦੂਸਰਾ ਕੀ ਹੈ ਰਾਜੇ? ਅੱਗ ਜਿਸ ਵਿੱਚ ਪੈਟਰੋਲ, ਡੀਜ਼ਲ, ਤੇਲ ਆਦਿ ਸ਼ਾਮਿਲ ਹਨ। ਤਾਰਾਂ ਵਿੱਚ ਸ਼ੋਰਟ ਸਰਕਟ ਵਿੱਚ ਲੱਗੀ ਅੱਗ, ਜਾਂ ਕਹਿੰਦੇ ਕੰਪਿਊਟਰ ਆਦਿ ਵਰਗੇ ਬਿਜਲੀ ਦੇ ਉਪਕਰਨਾਂ ਨੂੰ ਸ਼ਾਮਿਲ ਕਰਨ ਵਾਲੀ ਅੱਗ। ਦੇਖੋ ਰਾਜੇ, ਕੀ ਆਪਸ਼ਨ ਆਊਗੀ ਆਪਣੀ? ਇਹਨਾਂ ਨੇ ਪੁੱਛਿਆ ਕਿ ਉਹ ਕਿਸ ਕਿਸਮ ਦੀ ਅੱਗ ਦੀ ਘਟਨਾ ਦੇ ਵਿੱਚ ਪਾਣੀ ਆਧਾਰਿਤ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਸਭ ਤੋਂ ਵਧੀਆ ਹੁੰਦੀ ਹੈ। ਦੱਸੋ ਰਾਜੇ, ਕਿਹੜੇ ਉਪਕਰਨ ਨੇ ਜਿਨ੍ਹਾਂ ਦੀ ਵਰਤੋਂ ਸਭ ਤੋਂ ਵਧੀਆ ਹੁੰਦੀ ਹੈ? ਫਸਟ ਆਪਸ਼ਨ ਦੇਖੋ ਰਾਜੇ, ਅੱਗ ਜਿਸ ਵਿੱਚ ਕੱਪੜੇ, ਕਾਗਜ਼ ਜਾਂ ਲੱਕੜ ਆਦਿ ਸ਼ਾਮਿਲ ਹੁੰਦੇ ਹਨ। ਆਪਣੀ ਆਪਸ਼ਨ ਰਾਜੇ ਫਸਟ ਹੀ ਆਊਗੀ, ਉਹੀ ਹੁੰਦਾ ਨਾ ਪ੍ਰੋਪਰਲੀ। ਅੱਗ ਕਿਹਨਾਂ ਨੂੰ ਲੱਗਦੀ ਹੈ? ਆਹ ਵੀ ਆਪਣਾ ਪੈਟਰੋਲ, ਡੀਜ਼ਲ, ਤੇਲ ਆਦਿ ਸ਼ਾਮਿਲ ਹੁੰਦੇ ਹਨ। ਨਹੀਂ ਰਾਜੇ, ਤਾਰਾਂ ਵਿੱਚ ਸ਼ੋਰਟ ਸਰਕਟ ਦੇ ਨਾਲ ਵੀ ਆਪਸ਼ਨ ਨਹੀਂ ਆਊਗੀ, ਠੀਕ ਹੈ। ਆਹ ਵੀ ਆਪਣੀ ਆਪਸ਼ਨ ਨਹੀਂ ਆਊਗੀ। ਅਗਲਾ ਕੁਸ਼ਚਨ ਦੇਖੋ ਰਾਜੇ, ਨੈਕਸਟ ਕੁਸ਼ਚਨ ਕੀ ਹੈ? ਨੈਕਸਟ ਕੁਸ਼ਚਨ ਹੈਗਾ ਰਾਜੇ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਜੰਗਲੀ ਜੀਵ ਪਨਾਹ ਗਾਹ ਵਿੱਚ ਪੰਜਾਬ ਵਿੱਚ ਸਥਿਤ ਨਹੀਂ ਹੈ? ਜਿਹੜੀਆਂ ਰਾਜੇ ਸੈਂਚੁਰੀਜ਼ ਨਹੀਂ ਕਰੀਆਂ ਸੀ ਆਪਣੇ ਵਰਲਡ ਲਾਈਫ ਸੈਂਚੁਰੀਜ਼, ਠੀਕ ਹੈ, ਉਹਨਾਂ 'ਚੋਂ ਪੁੱਛਿਆ ਮੈਂ ਤੁਹਾਨੂੰ ਸਾਰੀਆਂ ਇਹ ਥਿਊਰੀ ਪਾਰਟ ਦੇ ਵਿੱਚ ਲਿਖਵਾਈਆਂ ਹੋਈਆਂ ਵੀ ਕਿਹੜੀ ਜਿਹੜੀ ਸੈਂਚੁਰੀ ਆਪਣੀ ਪੰਜਾਬ ਦੀ ਹੈ ਅਤੇ ਕਿਹੜੀ ਆਊਟ ਆਫ ਪੰਜਾਬ ਹੈ, ਠੀਕ ਹੈ। ਫਸਟ ਦੇਖੋ ਰਾਜੇ, ਹਰੀਕੇ, ਠੀਕ ਹੈ,
ਹਰੀਕੇ ਵਰਲਡ ਲਾਈਫ ਸੈਂਚੁਰੀ ਕਿੱਥੇ ਹੁੰਦੀ ਹੈ ਰਾਜੇ, ਇਹ ਕਿੱਥੇ ਪਾਈ ਜਾਂਦੀ ਹੈ ਆਪਾਂ ਨੂੰ ਪਤਾ, ਠੀਕ ਹੈ। ਉਸ ਤੋਂ ਬਾਅਦ ਰਾਜੇ ਆ ਜਾਂਦੀ ਹੈਗੀ ਆਪਣੀ ਅਬੋਹਰ, ਅਬੋਹਰ ਵੀ ਪੰਜਾਬ 'ਚ ਹੀ ਹੈ, ਹਰੀਕੇ ਪੱਤਣ ਵੀ ਆਪਣੀ ਪੰਜਾਬ 'ਚ ਹੀ ਹੈ ਰਾਜੇ, ਕੁੰਬਲਗੜ੍ਹ ਵਾਈਲਡ ਲੈਂਡ ਸੈਂਚੁਰੀ ਰਾਜੇ, ਉਸ ਤੋਂ ਬਾਅਦ ਵੀਰ ਮੋਤੀ ਬਾਗ, ਇਹ ਵੀ ਪੰਜਾਬ 'ਚ ਆ। ਕਿਹਨਾਂ ਨੇ ਪੁੱਛਿਆ ਕੀ ਹੈ ਰਾਜੇ, ਜਿਹੜੀ ਪੰਜਾਬ ਦੇ ਵਿੱਚ ਸਥਿਤ ਨਹੀਂ ਹੈਗੀ ਉਹ ਹੈਗੀ ਰਾਜੇ ਆਪਣੀ ਸੀ ਆਪਸ਼ਨ, ਠੀਕ ਹੈ। ਨੈਕਸਟ ਕੁਸ਼ਚਨ ਦੇਖੋ ਰਾਜੇ, ਨੈਕਸਟ ਕੁਸ਼ਚਨ ਕੀ ਕਹਿ ਰਿਹਾ, ਨੈਕਸਟ ਕੁਸ਼ਚਨ ਕਹਿ ਰਿਹਾ ਕਿ ਜੇਕਰ ਅਸੀਂ ਇੱਕ ਚੁੰਬਕ ਨੂੰ ਦੋ ਟੁਕੜਿਆਂ ਦੇ ਵਿੱਚ ਤੋੜਦੇ ਹਾਂ, ਜੇ ਰਾਜੇ ਇੱਕ ਚੁੰਬਕ ਨੂੰ ਆਪਾਂ ਦੋ ਟੁਕੜਿਆਂ ਦੇ ਵਿੱਚ ਤੋੜ ਦਈਏ ਤਾਂ ਉਸ ਟਾਈਮ 'ਤੇ ਰਾਜੇ ਕੀ ਹੋਊਗਾ। ਆਪਾਂ ਨੂੰ ਇਹ ਚੀਜ਼ ਤਾਂ ਪਤਾ ਕਿ ਚੁੰਬਕ ਦੇ ਜਿਹੜੇ ਹੁੰਦੇ ਨੇ ਨਾ ਪੋਲਸ ਹੁੰਦੇ ਨੇ, ਜਿਹਨੂੰ ਆਪਾਂ ਤੋੜ ਵੀ ਦਿੰਦੇ ਹਾਂ ਤਾਂ ਹਮੇਸ਼ਾ ਉਹਦੇ ਪੋਲ ਦੋ ਹੀ ਰਹਿੰਦੇ ਆ, ਇੱਕ ਨੌਰਥ ਇੱਕ ਸਾਊਥ। ਜਿੰਨਾ ਮਰਜ਼ੀ ਉਹਨੂੰ ਛੋਟੇ ਤੋਂ ਛੋਟਾ ਕਰ ਦਈਏ, ਉਹ ਕਹਿੰਦੇ ਕਦੇ ਵੀ ਇੱਕ ਪੋਲ ਉਹਦਾ ਐਡਜਸਟ ਨਹੀਂ ਕਰਦਾ। ਚੁੰਬਕ ਹਮੇਸ਼ਾ ਪੇਅਰਸ ਦੇ ਵਿੱਚ ਰਹਿੰਦੀ ਹੈ, ਨੌਰਥ ਪੋਲ ਅਤੇ ਸਾਊਥ ਪੋਲ, ਠੀਕ ਹੈ ਜੀ, ਨੌਰਥ ਪੋਲ ਅਤੇ ਸਾਊਥ ਪੋਲ। ਹੁਣ ਆਪਾਂ ਪੜ੍ਹਦੇ ਹਾਂ ਆਪਸ਼ਨਸ। ਪਹਿਲੀ ਆਪਸ਼ਨ ਕੀ ਹੈ, ਕਹਿੰਦੇ ਐੱਨ ਅਤੇ ਐੱਸ ਖੰਮਿਆਂ ਨੂੰ ਜਾਂ ਤਾਂ ਵੱਖ ਕੀਤਾ ਜਾਵੇਗਾ ਜੇਕਰ ਇਹ ਬਰਾਬਰ ਹਿੱਸਿਆਂ ਵਿੱਚ ਟੁੱਟ ਜਾਣ, ਨਹੀਂ। ਦੂਸਰਾ ਕੀ ਹੈ ਰਾਜੇ, ਸਾਨੂੰ ਇੱਕ ਚੁੰਬਕ ਦੇ ਦੋ ਐੱਨ ਅਤੇ ਦੋ ਹਿੱਸੇ ਦੇ ਦੋ ਧਰੁਵ ਵਿੱਚ ਮਿਲਣਗੇ ਭਾਵੇਂ ਅਕਸਰ ਕੋਈ ਵੀ ਹੋਵੇ। ਵੀ ਵਿਲ ਗੈਟ ਟੂ ਐੱਨ ਪੋਲਸ ਔਨ ਵਨ ਮੈਗਨੇਟ ਐਂਡ ਟੂ ਐੱਸ ਪੋਲਸ ਅਨਦਰ ਮੈਗਨੇਟ, ਨਹੀਂ ਰਾਜੇ ਟੂ ਨਹੀਂ ਹੋਣਗੇ। ਉਸ ਤੋਂ ਬਾਅਦ ਕਹਿੰਦੇ ਅਸੀਂ ਹਰੇਕ 'ਤੇ ਐੱਨ ਅਤੇ ਐੱਸ ਪੋਲ ਵਾਲੇ ਦੋ ਮੈਗਨੇਟ ਪ੍ਰਾਪਤ ਕਰਾਂਗੇ। ਆਹ ਵੀ ਨਹੀਂ ਆਊਗਾ, ਆਹ ਵੀ ਆਊਗਾ, ਕਿਉਂ ਰਾਜੇ? ਦੇਖੋ ਆਪਣੇ ਕੋਲ ਇੱਕ ਮੈਗਨੇਟ ਹੈ, ਬਾਹਰ ਮੈਗਨੇਟ ਹੈ, ਠੀਕ ਹੈ, ਐੱਨ ਐੱਸ, ਕਲੀਅਰ। ਇਹਨੂੰ ਰਾਜੇ ਜੀ ਆਪਾਂ ਤੋੜਤਾ, ਸੈਂਟਰ ਦੇ ਵਿੱਚੋਂ ਖਤਮ ਕਰਤਾ ਨਾ, ਆਪਾਂ ਤੋੜਤਾ, ਆਪਣੇ ਕੋਲ ਅੱਗੇ ਕੀ ਬਣ ਜੂਗਾ, ਇੰਨੀ ਕੁ ਬਣ ਜੂ, ਇਹ ਵੀ ਆਪਣੇ ਕੋਲ ਨੌਰਥ ਪੋਲ ਆ ਜੂ, ਆਹ ਵੀ ਆਪਣੇ ਕੋਲ ਸਾਊਥ ਪੋਲ ਆ ਜੂ, ਇੱਧਰ ਰਾਜੇ ਜਿਹੜਾ ਟੁੱਟਿਆ ਹਿੱਸਾ ਇਹ ਵੀ। ਮਤਲਬ ਕਿ ਇਹਨੂੰ ਜਿੰਨਾ ਮਰਜ਼ੀ ਤੋੜ ਦਿਉ ਚੁੰਬਕ ਨੂੰ, ਇਹ ਹਮੇਸ਼ਾ ਪੇਅਰ ਦੀ ਫੋਰਮ ਦੇ ਵਿੱਚ ਹੀ ਰਹਿੰਦੀ ਹੈ। ਇੱਥੇ ਵੀ ਐੱਨ ਆ ਜੂ ਰਾਜੇ, ਇਹ ਆਪਣਾ ਐੱਸ ਆ ਜੂ, ਨੌਰਥ ਅਤੇ ਸਾਊਥ ਪੋਲ ਹੀ ਐਗਜਿਸਟ ਕਰਨਗੇ, ਠੀਕ ਹੈ। ਆਪਸ਼ਨ ਆ ਗਈ ਰਾਜੇ ਆਪਣੀ ਸੀ ਆਪਸ਼ਨ। ਅਗਲਾ ਕੁਸ਼ਚਨ ਦੇਖੋ ਰਾਜੇ, ਨੈਕਸਟ ਕੁਸ਼ਚਨ ਕੀ ਕਹਿੰਦਾ, ਨੈਕਸਟ ਕੁਸ਼ਚਨ ਕਹਿੰਦਾ ਕਿ ਹੀਟ ਸਟ੍ਰੋਕ ਦੇ ਮਾਮਲੇ ਵਿੱਚ ਕਿਸੇ ਵਿਅਕਤੀ ਨੂੰ ਫਸਟ ਏਡ ਦਿੰਦੇ ਸਮੇਂ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ ਰਾਜੇ? ਆਪਸ਼ਨਸ ਦਿੱਤੇ, ਕੁਸ਼ਚਨ ਵਧੀਆ ਵਾਲਾ ਕੁਸ਼ਚਨ ਹੈ ਇਹ। ਪਹਿਲੀ ਦੇਖੋ ਰਾਜੇ, ਵਿਅਕਤੀ ਨੂੰ ਛਾਂ ਵਾਲੀ ਥਾਂ 'ਤੇ ਰੱਖੋ, ਗਿੱਲੇ ਤੌਲੀਏ ਨਾਲ ਵਿਅਕਤੀ ਨੂੰ ਸਪੰਜ ਕਰੋ, ਠੀਕ ਹੈ, ਵਿਅਕਤੀ ਨੂੰ ਪੀਣ ਲਈ ਕੁਝ ਕੌਫੀ ਵਗੈਰਾ ਦਿਓ, ਉਸ ਵਿਅਕਤੀ ਦੀ ਕੱਛ ਅਤੇ ਕਮਰ ਦੇ ਵਿੱਚ ਪੈਕ ਲਗਾਓ, ਆਈਸ ਪੈਕ ਲਗਾਓ, ਠੀਕ ਹੈ ਜੀ। ਹੁਣ ਦੱਸੋ ਰਾਜੇ ਕੀ ਆਪਸ਼ਨ ਆਊਗੀ ਆਪਣੀ, ਪੜ੍ਹ ਲਓ ਰਾਜੇ ਦੁਆਰੇ, ਕੀ ਆਪਸ਼ਨ ਆਊਗੀ ਰਾਜੇ? ਕਹਿੰਦੇ ਵਿਅਕਤੀ ਨੂੰ ਕੁਝ ਕੌਫੀ ਵਗੈਰਾ ਦਿਓ, ਕੀ ਹੋਇਆ ਰਾਜੇ, ਹੀਟ ਸਟ੍ਰੋਕ ਹੋਈ ਹੈ, ਠੀਕ ਹੈ। ਉਹ ਵਾਲੇ ਕੇਸ ਦੇ ਵਿੱਚ ਰਾਜੇ ਆਪਾਂ ਵਿਅਕਤੀ ਨੂੰ ਕੀ ਕਰਾਂਗੇ, ਆਪਾਂ ਉਹਨੂੰ ਕੁਛ ਪੀਣ ਲਈ ਦੇਵਾਂਗੇ, ਠੀਕ ਹੈ ਜੀ, ਉਸ ਵਿਅਕਤੀ ਨੂੰ ਆਪਾਂ ਕੁਛ ਪੀਣ ਲਈ ਰਾਜੇ ਦੇਵਾਂਗੇ। ਅਗਲਾ ਦੇਖੋ ਰਾਜੇ, ਅਗਲਾ ਕੁਸ਼ਚਨ ਕੀ ਹੈ, ਕਹਿੰਦੇ ਪੱਤੇ ਵਿੱਚ ਗੈਸਾਂ ਦੇ ਦਾਖਲੇ ਅਤੇ ਨਿਕਾਸ ਲਈ ਜ਼ਿੰਮੇਵਾਰ ਪ੍ਰਕਿਰਿਆ ਕਿਹੜੀ ਹੈ? ਗੈਸਿਸ ਦਾ ਆਦਾਨ ਪ੍ਰਦਾਨ ਗੈਸਿਸ ਹੀ ਪੁੱਛਿਆ ਨਾ ਰਾਜੇ, ਹਾਂ, ਗੈਸਾਂ ਦਾ ਆਦਾਨ ਪ੍ਰਦਾਨ ਕਿਹਦੇ ਰਾਹੀਂ ਹੁੰਦਾ ਰਾਜੇ, ਗੈਸਾਂ ਦਾ ਆਦਾਨ ਪ੍ਰਦਾਨ? ਆਪਣਾ ਦੇਖੋ ਰਾਜੇ, ਪਹਿਲਾਂ ਕੀ ਹੈਗਾ, ਟਰਾਂਸਪੀਰੇਸ਼ਨ, ਡਿਫਿਊਜ਼ਨ, ਟਰਾਂਸੂਲੇਸ਼ਨ, ਓਸਮੋਸਿਸ।
ਕਿਹਦੇ ਨਾਲ ਕਹਿੰਦੇ ਰਾਜੇ ਜਿਹੜਾ ਗੈਸਿਸ ਦਾ ਆਪਾਂ ਕਹਿ ਦਈਏ ਐਂਟਰੀ ਹੁੰਦੀ ਹੈ, ਗੈਸ ਦਾਖਲਾ ਹੁੰਦਾ ਪੱਤੇ ਦੇ ਵਿੱਚ, ਗੈਸਾਂ ਦਾ ਦਾਖਲਾ ਹੁੰਦਾ ਅਤੇ ਨਾਲੇ ਰਾਜੇ ਨਿਕਾਸ ਹੁੰਦਾ। ਕਿਹੜੀ ਆਪਸ਼ਨ ਆਊਗੀ ਰਾਜੇ? ਉਹ ਆਊਗੀ ਰਾਜੇ ਆਪਣੀ ਡਿਫਿਊਜ਼ਨ, ਉਹਨੂੰ ਬੋਲਦੇ ਆ ਰਾਜੇ ਡਿਫਿਊਜ਼ਨ। ਠੀਕ ਹੈ ਜੀ, ਅਗਲਾ ਕੁਐਸਚਨ ਦੇਖੋ ਰਾਜੇ। ਅਗਲਾ ਕੁਐਸਚਨ ਕੀ ਕਹਿੰਦਾ ਰਾਜੇ? ਪਲਾਜ਼ਮੋਡੀਆ ਇਜ਼ ਅ ਪ੍ਰੋਟੋਜ਼ੋਆ, ਠੀਕ ਹੈ, ਪਲਾਜ਼ਮੋਡੀਆ ਪ੍ਰੋਟੋਜ਼ੋਆ ਇਜ਼ ਅ ਪੋਜ਼ਿਟਿਵ ਔਰਗਨਿਜ਼ਮ ਆਫ। ਪਲਾਜ਼ਮੋਡੀਆ ਕਹਿੰਦਾ ਰਾਜੇ ਉਹ ਕਿਹਦਾ ਪ੍ਰੋਟੋਜ਼ੋਆ ਗਾ? ਠੀਕ ਹੈ, ਦੇਖੋ ਰਾਜੇ ਆਪਸ਼ਨਸ ਕੀ ਨੇ ਆਪਣੀਆਂ। ਫਸਟ ਆਪਸ਼ਨ ਕੀ ਕਹਿੰਦੀ ਹੈ ਰਾਜੇ? ਨਿਮੋਨੀਆ, ਠੀਕ ਹੈ ਜੀ, ਕਾਲਾ ਅਜ਼ਾਰ, ਖਸਰਾ ਅਤੇ ਮਲੇਰੀਆ। ਮੈਂ ਰਾਜੇ ਤੁਹਾਨੂੰ ਜਦੋਂ ਡਿਸੀਜ਼ਸ ਕਰਾਈਆਂ ਸੀਗੀਆਂ ਉਸ ਟਾਈਮ 'ਤੇ ਇਹ ਚੀਜ਼ ਤੁਹਾਨੂੰ ਮੈਂ ਕਰਵਾਈ ਹੋਈ ਸੀ ਕਿ ਜਿਹੜਾ ਆਪਣਾ ਗਾ ਪਲਾਜ਼ਮੋਡੀਆ ਉਹ ਕੀ ਹੈ, ਉਹ ਮਲੇਰੀਆ ਦਾ ਪ੍ਰੋਟੋਜ਼ੋਆ ਹੈ ਜਾਂ ਅਮੋਨੀਆ ਦਾ ਆ, ਠੀਕ ਹੈ ਰਾਜੇ, ਜਾਂ ਆਪਾਂ ਕਹਿ ਦਈਏ ਕਿ ਆਪਣਾ ਮਲੇਰੀਆ ਦਾ ਗਾ, ਉਹ ਹੈਗਾ ਰਾਜੇ ਆਪਣਾ ਮਲੇਰੀਆ ਦਾ, ਇਹ ਆਪਣਾ ਕਰਿਆ ਹੋਇਆ ਕਲਾਸ ਦੇ ਵਿੱਚ। ਠੀਕ ਹੈ ਜੀ, ਅਗਲਾ ਦੇਖੋ, ਅਗਲਾ ਕੁਐਸਚਨ ਕੀ ਕਹਿ ਰਿਹਾ ਰਾਜੇ? ਅਗਲਾ ਕੁਐਸਚਨ ਦੇਖੋ ਜੀ, ਹੇਠਾਂ ਦਿੱਤੇ ਵਿਟਾਮਿਨਾਂ ਵਿੱਚੋਂ ਕਿਹੜਾ ਵਿਟਾਮਿਨ ਉਸ ਸਮੂਹ ਦਾ ਹਿੱਸਾ ਨਹੀਂ ਹੈ ਜਿਸ ਨਾਲ ਬਾਕੀ ਤਿੰਨ ਸੰਬੰਧਿਤ ਹਨ? ਠੀਕ ਹੈ ਜੀ, ਦੇਖੋ ਰਾਜੇ ਇਹ ਬਹੁਤ ਵਧੀਆ ਕੁਐਸਚਨ ਹੈ, ਧਿਆਨ ਨਾਲ ਦੇਖੋ ਇਹਦੇ 'ਚੋਂ ਆਪਣੀ ਕਿਹੜੀ ਆਪਸ਼ਨ ਆਊਗੀ। ਕਹਿੰਦੇ ਤਿੰਨ ਇੱਕੋ ਨਾ, ਤਿੰਨ ਨੇ ਜਿਹੜੇ ਉਹ ਇੱਕ ਨਾਲ ਦੇ ਹੈ, ਇੱਕ ਹੈ ਜਿਹੜਾ ਉਹ ਵੱਖ ਹੈ। ਦੇਖੋ ਰਾਜੇ ਆਪਣੀ ਆਪਸ਼ਨ ਕੀ ਆਊਗੀ? ਪਹਿਲੀ ਆਪਸ਼ਨ ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਡੀ, ਵਿਟਾਮਿਨ ਕੇ। ਆਪਾਂ ਲਿਖਦੇ ਹੁੰਦੇ ਹਾਂ ਨਾ ਰਾਜੇ, ਇੱਕ ਤਾਂ ਵਾਟਰ ਸੋਲੂਬਲ ਹੁੰਦੇ ਆ, ਮਤਲਬ ਕਿ ਪਾਣੀ ਦੇ ਵਿੱਚ ਘੁਲਣ ਵਾਲੇ, ਪਾਣੀ ਵਿੱਚ ਘੁਲਣਸ਼ੀਲ। ਕਿਹੜੇ ਕਿਹੜੇ ਹੁੰਦੇ ਆ? ਬੀ ਅਤੇ ਸੀ ਵਿਟਾਮਿਨ, ਜਿਹੜੇ ਰਾਜੇ ਇਹਦੇ ਉਲਟ ਚਰਬੀ ਦੇ ਵਿੱਚ ਘੁਲਦੇ ਆ, ਚਰਬੀ ਵਿੱਚ ਘੁਲਣਸ਼ੀਲ। ਜਿਹੜੇ ਬਾਕੀ ਰਹਿ ਗਏ ਆਪਣਾ ਏ, ਵਿਟਾਮਿਨ ਏ, ਵਿਟਾਮਿਨ ਡੀ, ਵਿਟਾਮਿਨ ਕੇ, ਠੀਕ ਹੈ, ਇੱਕ ਜਿਹੜਾ ਰਹਿ ਗਿਆ ਵਿਟਾਮਿਨ ਈ। ਇਹ ਆਪਣੇ ਹੋ ਗਏ ਜਿਹੜੇ ਰਾਜੇ ਚਰਬੀ ਦੇ ਵਿੱਚ ਘੁਲਦੇ ਹੈ, ਪਾਣੀ ਦੇ ਵਿੱਚ ਘੁਲਣ ਵਾਲੇ ਰਾਜੇ ਵਿਟਾਮਿਨ ਬੀ ਅਤੇ ਵਿਟਾਮਿਨ ਸੀ ਹੈ। ਹੁਣ ਇਹਨਾਂ ਨੇ ਪੁੱਛਿਆ ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਡੀ, ਵਿਟਾਮਿਨ ਕੇ, ਕਿਹੜਾ ਆਊਗਾ ਰਾਜੇ ਆਪਣਾ ਜਿਹੜਾ ਕਹਿੰਦੇ ਤਿੰਨਾਂ ਤੋਂ ਉਲਟਾ ਹੈ, ਮਤਲਬ ਕਿ ਤਿੰਨਾਂ ਨਾਲ ਆਪਣੀ ਆ ਗਈ ਰਾਜੇ ਆਪਸ਼ਨ ਬੀ। ਇਹ ਤਾਂ ਆਪਣੇ ਕੋਲ ਪਾਣੀ ਦੇ ਵਿੱਚ ਇਨਸੋਲੂਬਲ ਨੇ, ਪਾਣੀ ਦੇ ਵਿੱਚ ਸੋਲੂਬਲ ਕਿਹੜਾ ਗਾ? ਵਿਟਾਮਿਨ ਬੀ, ਤਾਂ ਹੀ ਕਰਕੇ ਰਾਜੇ ਇਹ ਇਹਨਾਂ ਤੋਂ ਡਿਫਰੈਂਟ ਹੈ। ਠੀਕ ਹੈ ਜੀ, ਅਗਲਾ ਕੁਐਸਚਨ ਦੇਖੋ। ਅਗਲਾ ਕੁਐਸਚਨ ਕੀ ਹੈ ਰਾਜੇ? ਬੱਚਿਆਂ ਨੂੰ ਵੱਖ ਵੱਖ ਜਾਨਵਰਾਂ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਦੀਆਂ ਵਿਸ਼ੇਸ਼ਤਾਵਾਂ ਸਿੱਖਣ ਵਿੱਚ ਮਦਦ ਕਰਨ ਲਈ ਹੇਠਾਂ ਦਿੱਤੇ ਸਥਾਨਾਂ ਵਿੱਚੋਂ ਕਿਹੜਾ ਸਥਾਨ ਦੇਖਣ ਲਈ ਢੁਕਵਾਂ ਹੋਵੇਗਾ? ਕਹਿੰਦੇ ਬੱਚਿਆਂ ਨੂੰ ਰਾਜੇ ਆਪਾਂ ਕੁਛ ਦਿਖਾਉਣਾ ਆ, ਨਿਵਾਸ ਸਥਾਨ ਦਿਖਾਉਣੇ ਨੇ ਜਾਨਵਰਾਂ ਦੇ, ਠੀਕ ਹੈ, ਜਾਨਵਰਾਂ ਦੇ ਨਿਵਾਸ ਸਥਾਨ ਦਿਖਾਉਣੇ ਨੇ। ਇਹਨਾਂ ਚਾਰਾਂ ਜਗ੍ਹਾ ਤੋਂ ਰਾਜੇ ਆਪਾਂ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਜਿੱਥੇ ਜਾ ਕੇ ਉਹ ਦੇਖ ਸਕਦੇ ਨੇ ਕਿ ਆਹ ਜਾਨਵਰ ਇੱਥੇ ਰਹਿੰਦਾ, ਆਹ ਪੰਛੀ ਹੈ ਜਿਹੜਾ ਉਹ ਇੱਥੇ ਰਹਿੰਦਾ? ਕੀ ਆਪਸ਼ਨ ਆਊਗੀ ਰਾਜੇ? ਉਹ ਆਪਣੀ ਆਪਾਂ ਨੂੰ ਪਤਾ ਹੈ ਕਿ ਆਪਣੀ ਆਪਸ਼ਨ ਕੀ ਆਊਗੀ ਰਾਜੇ, ਜੂਲੋਜੀਕਲ ਪਾਰਕ। ਉੱਥੇ ਹੀ ਆਪਾਂ ਨੂੰ ਪਤਾ ਜਦੋਂ ਆਪਣੇ ਟ੍ਰਿਪ ਵਗੈਰਾ ਜਾਂਦੇ ਨੇ ਆਪਾਂ ਜੂਲੋਜੀਕਲ ਪਾਰਕ ਦੇ ਵਿੱਚ ਜਾਂਦੇ ਹਾਂ, ਜਿੱਥੇ ਜਾ ਕੇ ਆਪਾਂ ਦੇਖਦੇ ਹਾਂ ਕਿ ਕਿਹੜਾ ਜਾਨਵਰ ਹੈ ਜਿਹੜਾ ਉਹ ਕਿਵੇਂ ਅਤੇ ਕਿੱਥੇ ਰਹਿੰਦਾ, ਕਿਹੜਾ ਉਹਦਾ ਨਿਵਾਸ ਸਥਾਨ ਹੈ। ਅਗਲੀ ਆਪਸ਼ਨ ਦੇਖੋ ਰਾਜੇ, ਕੁਐਸਚਨ ਅਗਲਾ ਕੁਐਸਚਨ ਕੀ ਹੈ? ਅਗਲਾ ਕੁਐਸਚਨ ਹੈਗਾ, ਹੇਠਾਂ ਲਿਖੀਆਂ ਸਾਰੀਆਂ ਵਿਧੀਆਂ ਨੂੰ ਛੱਡ ਕੇ ਰੋਗ ਪੈਦਾ ਕਰਨ ਵਾਲੇ ਸੂਖਮ ਜੀਵਾਂ ਤੋਂ ਪਾਣੀ ਨੂੰ ਰੋਗਾਣੂ ਮੁਕਤ ਕਰਨ ਲਈ ਵਰਤਿਆ ਜਾਂਦਾ ਹੈ? ਕੀ ਵਰਤਿਆ ਜਾਂਦਾ ਰਾਜੇ?
ਆਪਣਾ ਸੌਖਾ ਕੁਸ਼ਚਨ ਹੀ ਹੈ, ਇਹਦਾ ਆਨਸਰ ਹੈ। ਠੀਕ ਹੈ, ਦੁਬਾਰਾ ਕੁਸ਼ਚਨ ਪੜ੍ਹ ਲਓ ਰਾਜੇ, ਆਪਣਾ ਕੀ ਹੈ। ਹੇਠਾਂ ਲਿਖੀਆਂ ਸਾਰੀਆਂ ਵਿਧੀਆਂ ਨੂੰ ਛੱਡ ਕੇ ਰੋਗ ਪੈਦਾ ਕਰਨ ਵਾਲੇ ਸੂਖਮ ਜੀਵਾਂ ਤੋਂ ਪਾਣੀ ਨੂੰ ਰੋਗਾਣੂ ਮੁਕਤ ਕਰਨ ਲਈ ਕੀ ਵਰਤਿਆ ਜਾਂਦਾ ਰਾਜੇ? ਡੀਸਲੇਸ਼ਨ। ਠੀਕ ਹੈ ਜੀ, ਇਹ ਆਪਣਾ ਆਨਸਰ ਹੈ। ਇੱਥੇ ਤੱਕ ਰਾਜੇ ਜਿਹੜੇ ਆਪਣੇ ਤੁਹਾਡੇ ਕੁਸ਼ਚਨ ਸੀਗੇ, ਠੀਕ ਹੈ, ਐਮ ਸੀ ਕਿਊ ਕੁਸ਼ਚਨ ਸੀ ਈ ਵੀ ਐੱਸ ਦੇ, ਉਹ ਕੰਪਲੀਟ ਹੈ ਅੱਜ ਦੇ ਲਈ। ਬਾਕੀ ਵੀਡੀਓ ਰਾਜੇ ਆਪਾਂ ਜਿਹੜੇ ਬਾਕੀ ਨੈਕਸਟ ਕੁਸ਼ਚਨਸ ਨੇ ਉਹ ਆਪਾਂ ਨੈਕਸਟ ਵੀਡੀਓ 'ਚ ਲੈ ਕੇ ਆਵਾਂਗੇ। ਥੈਂਕ ਯੂ ਸੋ ਮੱਚ।